ਨੋ ਸੌਤੀ ਦੇਖਦੇ ਪਿਓ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਕਿ ਮੇਰੀ ਹਰ ਆਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਅੱਜ ਤੁਹਾਡੇ ਵਾਸਤੇ ਫਿਰ ਇੱਕ ਗਾਂ ਦੀ ਬੜੀ ਵੱਡੀ ਗਾਂ ਪਹਿਲਣ ਦੀ ਵੀਡੀਓ ਲੈ ਕੇ ਤੁਹਾਡੇ ਵੀਰ ਨਦੀਮ ਖਰਲ ਹਾਜ਼ਰ ਹੋਇਆ ਹੈ ਔਰ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਮਾਲਕਾਂ ਨੂੰ ਗੇਂਦਾ ਰੇਟ ਵੀ ਮਾਕੂਲ ਕਰਨ ਤੇ ਗਾਂ ਤੇ ਬਹੁਤ ਸੋਹਣੀ ਹੈ ਪਹਿਲਣ ਫਰੀਜ਼ਨ ਕ੍ਰਾਸ ਗਾਂ ਹੈ ਕੱਲੀ ਫਰੀਜ਼ਨ ਨਹੀਂ ਹੈ ਕ੍ਰਾਸ ਗਾਂ ਹੈ ਔਰ ਇਨਸ਼ਾਅੱਲਾ ਉਹ ਤੁਹਾਹਾਨਾਂ ਤੇ ਬਹੁਤ ਸ਼ਾਨ ਸਾਰਾ ਕੁਝ ਮੇਰੀ ਕੈਮਰੇ ਦੀ ਨਜ਼ਰ ਤੁਹਾਨੂੰ ਸਾਰਾ ਕੁਝ ਨਦੀਮ ਖਰਾਲਾ ਜੀ ਵਿਖਾਵੇਗਾ ਤੇ ਲੇਕਿਨ ਬਾਰ-ਬਾਰ ਰਿਕਵੈਸਟ ਮਾਲਕ ਨੂੰ ਇਹ ਕਰਨਾ ਕਿ ਮੁੱਲ ਵੀ ਮਕੂਲ ਕਰੇ ਕਿ ਆਪਾਂ ਵੇਚ ਲਈਏ ਉਹਨੂੰ ਤੇ ਜਿੰਨਾ ਕ ਆਪਾਂ ਕਹਿ ਸਕੀਏ ਉਹਨਾਂ ਕ ਆਪਾਂ ਚੱਕ ਲਈਏ ਤੇ ਆਓ ਜੀ ਕੈਮਰਾ ਗਾਂ ਵਿਖਾਈਏ ਚਾਚੇ ਨੂੰ ਧੋਤੀ ਸਮਾਈ ਦੀ ਸਦਾਂਗੇ ਤੇ ਮੁੱਲ ਵੀ ਆਪੇ ਕਰੇਗਾ ਅਨਕ ਲਈਏ ਉਹਨੇ ਧੋਤੀ ਪਾਈ ਪੰਜਾਬ ਦਾ ਰੰਗ ਵਿਖਾਵਾਂਗੇ ਨਾਲ ਹੌਲੀ ਹੌਲੀ ਇਹ ਜੀ ਗਾਂ ਹੈ ਫਰੀਜ਼ਨ ਕ੍ਰਾਸ ਗਾਂ ਹੈ ਪਿਓਰ ਫਰੀਜ਼ਨ ਨਹੀਂ ਹੈ ਇਹ ਜ ਇੱਕ ਕਿ ਸਹਿ ਚ ਕਰਾ ਸ ਤੁਸੀਂ ਆਪੇ ਵੇਖਣਾ ਮੈਂ ਅੰਦਾਜ਼ਾ ਨਹੀਂ ਲਾ ਸਕਾ ਚਾਚੂ ਨੂੰ ਪੁੱਛਾਂਗੇ ਇਹ ਕਿਵੇਂ ਕਰਾ ਸ ਜਾਂ ਜੋ ਕੁਝ ਵੀ ਆ ਥਣ ਪੂਰਾ ਮੁੱਠਾਂ ਦੇ ਪੂਰੀਆਂ ਵਿਰਲਾਂ ਤੇ ਹੈਗਾ ਪੂਰਾ ਮੁੱਠ ਮੁੱਠ ਦਾ ਥਣ ਚੰਗਾ ਮਾਸ਼ਾਅੱਲਾ ਦੋਲ ਜਿੰਨਾ ਹਵਾਨਾ ਲਈ ਖੜੀ ਆ ਤੁਸੀਂ ਵੇਖ ਸਕਦੇ ਹੋ ਇੱਕ ਇੱਕ ਚੀਜ਼ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਬਖਸ਼ ਵਿਖਾਏਗਾ ਉਸ ਤੋਂ ਬਾਅਦ ਇਹਨੂੰ ਤੋਰ ਕੇ ਵੀ ਵਿਖਾਵਾਂਗੇ ਪਹਿਲਾਂ ਨੂੰ ਘਟ ਡਾ ਥਣ ਲੱਗਿਆ ਹੁੰਦਾ ਬੜੀ ਸੋਹਣੀ ਗਾਂ ਤੁਸੀਂ ਵੇਖ ਸਕਦੇ ਹੋ ਇੱਕ ਇੱਕ ਚੀਜ਼ ਨਮਾਇਆ ਹੈ ਬੜੀ ਅਸੀਲ ਤੇ ਸੋਹਵਾ ਇਹ ਹਵਾਨਾ ਤੇ ਇਹ ਚੱਡੇ ਸਾਰਾ ਕੁਝ ਇਲਾ ਦੀ ਦੇਣ ਹੁੰਦਾ ਹੈ ਖੂਬਸੂਰਤੀ ਜਾਨਵਰ ਨੂੰ ਅੱਲਾ ਕਿਸ ਲੈਵਲ ਦੀ ਕਿਸ ਤਰੀਕੇ ਨਾਲ ਦੇਵੇ ਤੇ ਭਾਈ ਸਾਹਿਬ ਨੂੰ ਰਿਕੁਐਸਟ ਕਰਾਂਗਾ ਥੋੜੀ ਟੋਰ ਕੇ ਵਿਖਾ ਉਸ ਤੋਂ ਬਾਅਦ ਇਹ ਚਾਚਰ ਧੋਤੀ ਸਮਿਆ ਦੀ ਸਾਧ ਲੈਨੇ ਪੰਜਾਬ ਵਿਖਾਵੇ ਕੈਮਰਾਮੈਨ ਸਾਹਿਬ ਕੋਲ ਹੋ ਜੋ ਕੋਲ ਹੋ ਜੋ ਗਾਂ ਸੂਣ ਨੂੰ ਇਹ ਇੱਕ ਜਾਂ ਦੋ ਦਿਨ ਲੈਂਦੀ ਏ ਦੋ ਦਿਨ ਲੈ ਜਾਏਗੀ ਇੱਕ ਦਿਨ ਲੈ ਜਾਏਗੀ ਤਿੰਨ ਦਿਨ ਲੈ ਜਾਏਗੀ ਹੁਣ ਇਹ ਸੂ ਪਵੇ ਇਹ ਅੱਲਾ ਦਾ ਨਿਜ਼ਾਮ ਵਾਪਸ ਲੈ ਆਓ ਬਸ ਇੰਨਾ ਹੀ ਬੜਾ ਹੈ ਇੰਨਾ ਹੀ ਬੜਾ ਹੈ ਔਰ ਮਾਸ਼ਾਅੱਲਾ ਤੁਸੀਂ ਸਾਰਾ ਕੁਝ ਵੇਖ ਸਕਦੇ ਹੋ ਗਾਹ ਨੂੰ ਮناسب ਤਰੀਕੇ ਨਾਲ ਇੱਕ ਇੱਕ ਚੀਜ਼ ਮੇਰਾ ਕੈਮਰਾਮੈਨ ਤੋਂ ਮناسب ਤਨ ਬਖਾਰੇ ਔਰ ਇਨਸ਼ਾਅੱਲਾ ਤੋਂ ਇਹ ਗਾਂ ਪਸੰਦ ਵੀ ਪਹਿਲਣ ਵਹਿੜਾ ਜੀ ਪਹਿਲਣ ਵਹਿੜਾ ਮੂੰਹ ਕਿਵੇਂ ਆ ਸਾਰਾ ਕੁਝ ਖੁਰਲੀ ਤੇ ਬਨ ਕੇ ਚਾਚੇ ਨੂੰ ਸੱਦ ਕੇ ਤੇ ਆਪਾਂ ਨੂੰ ਪੁੱਛ ਲੈਨੇ ਆ ਵੀ ਚਾਚਾ ਇਹ ਕੀ ਹਸਾਬ ਕਿਤਾਬ ਆ ਤੇ ਕਿਵੇਂ ਦਾ ਸਾਰਾ ਰੋਲਾ ਹੈ ਤੇ ਕੀ ਰੱਪਾ ਹੈ ਇਹ ਆਪ ਚਾਚੇ ਨੂੰ ਪੁੱਛਾਂ ਨਸਲ ਹੀ ਪੁੱਛਾਂਗੇ ਚਾਚੇ ਨੂੰ ਬਿਸਮਿਲ੍ਲਾ ਆ ਪਾਗਲਾ ਪਾਗਲਾ ਆਉਂਦੇ ਬਿਸਤਰਾਂ ਦੀ ਕਮੀ ਤੇ ਥੋੜਾ ਜਿਹਾ ਚਾਰ ਵੋਟ ਫਰਕ ਰਹਿ ਗਿਆ ਆ ਓ ਪਾਗਲਾ ਇਹ ਇਹਨੂੰ ਬੰਦ ਦੇ ਇਥੇ ਕਮਲਿਆ ਕਿਧਰੋਂ ਕਿਵੇਂ ਲਈ ਫਿਰਦਾ ਗਾਣੂ ਤੂੰ ਨਾਲ ਚਿੰਤਾ ਦਾ ਨੀ ਉਹ ਸਿਰਫ ਕੈਮਰਾ ਦਾ ਜਾਣ ਕਰਤੀ ਸੀ ਆ ਵੀ ਦੇਖ ਕੋਲੇ ਆ ਕੋਈ ਨਹੀਂ ਕੀ ਗੱਲ ਹੈ ਅੱਜ ਲੱਭ ਗਈ ਹੈ ਇਧਰ ਮੂੰਹ ਹਾਂਜੀ ਅਸਲਾਮੁਅਲੈਕਮ ਜੀ ਵਾਅਲੈਕੁਮ ਸਲਾਮ ਚਾਚਾ ਜੀ ਕੀ ਹਾਲ ਚਾਲ ਹੈ ਅੱਲਾ ਦਾ ਸ਼ੁਕਰ ਚਾਚਾ ਜੀ ਜਿਵੇਂ ਤੁਹਾਨੂੰ ਢੜ ਲਿਆ ਜਿਵੇਂ ਤੁਸੀਂ ਮੇਰੇ ਨਾਲ ਆਪ ਪਾਣ ਚਲੇ ਤੋਂ ਖਾਦ ਖੂ ਯਾਰ ਕੋਈ ਹਰ ਨਹੀਂ ਤੂੰ ਪੱਠੇ ਚ ਪਾਵਣਾ ਨਗਰਾਂ ਤੂੰ ਹੁਕਮਕਾਰ ਆ ਚਾਚਾ ਯਾਰ ਜਿਹੜੀ ਇਹ ਗਾਂ ਇਹ ਕਿਹੜੀ ਨਸਲ ਹੈ ਨਸਲ ਹੈ ਅਸੀਂ ਕ੍ਰਾਸ ਟੀਕਾ ਰਖਾਇਆ ਇਹਦਾ ਅੱਛਾ ਨਹੀਂ ਇਹ ਆਪ ਕੀ ਹੈ ਆਪ ਇਹ ਕ੍ਰਾਸ ਗਾਂ ਹੈ ਕ੍ਰਾਸ ਟੀਕਾ ਹੀ ਕ੍ਰਾਸ ਖਾਇਆ ਸਾਡੇ ਡਾਕਟਰ ਨੇ ਉਹਨੇ ਤੁਹਾਨੂੰ ਦੱਸਿਆ ਸੀ ਵੀ ਮੈਂ ਟੀਕੇ ਲੈਂਦੇ ਨੇ ਚਾਰ ਫੈਸਲਾਬਾਦੋਂ ਕ੍ਰਾਸ ਹੂੰ ਤੇਰ ਖਾਲੋ ਟੀਕੇ ਮਹੰਗੇ ਸੀ 32 3200 ਦੇ ਕਰਾਸ ਟੀਕੇ ਅਚਾ ਆਮ ਲੋਕ ਨਹੀਂ ਸੀ ਖਾਂਦੇ ਉਹਾਂ ਦੇ ਵੀ ਕਰਾਸ ਦਾ ਕੀ ਕਰਾਸ ਕਰਾ ਲੈਣ ਦੀ ਬਲਤ ਤੋਂ ਕਰਾ ਲਈਏ ਤੇ ਕਰਾਸ ਹੋ ਜਣੀ ਜੇ ਦੇਸੀ ਜੋ ਹੋ ਜਣੀ ਇਹ ਟੀਕੇ ਕਰਾਸ ਰੱਖੀ ਜਾਂਦੇ ਇਹ ਘਰ ਦੀ ਵੈੜੀ ਸੀ ਮਤਲਬ ਪਹਿਲਾਂ ਘਰ ਦੀ ਇਹ 3200 ਦਾ ਟੀਕਾ ਰਖਾ ਸੀ 3200 ਟੀਕਾ ਇਹ ਆਪ ਹੁਣ ਪਹਿਲਾਂ 100 ਹੁੰਦੀ ਪਈ ਇਹ ਮੂੰਹ ਕਿਵੇਂ ਇਹ ਕਿਸੇ ਕਰਾਸ ਚਾਰ ਦੰਦ ਦੇ ਮੂੰਹ ਚ ਇਹ ਮੂੰਹ ਚਾਰ ਦੰਦ ਹੈ ਜਨਾਬ ਪਹਿਲਾ ਸਵੇਰ ਇੱਕ ਵਾਰੀ ਨਜ਼ਰ ਮਰਵਾ ਯਾਰ ਕੈਮਰਿਆ ਇੱਕ ਵਾਰ ਨਜ਼ਰ ਮਰਵਾ ਲ ਫਿਰ ਚਾਚਾ ਨੂੰ ਮੁੱਲ ਵੀ ਪੁੱਛਣਾ ਪਿਆਰ ਮੁਹੱਬਤ ਨਾਲ ਮੁੱਲ ਕਰੀ ਕਰਾਸ ਹੈ ਬਿਲਕੁਲ ਨਾ ਕਰਾਸ ਠੀਕ ਹੈ ਕਰਾਸ ਰਖਾਇਆ ਸੀ ਇਹ ਨਹੀਂ ਫਿਰ ਵਿਖਾਏਗਾ ਮੇਰਾ ਕੈਮਰਾਮੈਨ ਇੱਕ ਵਾਰੀ ਤੁਹਾਨੂੰ ਸਾਰਾ ਕੁਝ ਤੁਸੀਂ ਅਸੀਲ ਬਣ ਚੈੱਕ ਕਰ ਸਕਦੇ ਹੋ ਮੈਂ ਕੋਸ਼ਿਸ਼ ਤਾਂ ਕਰ ਰਿਹਾ ਹਾਂ ਮਰਜੀ ਹੱਥ ਲਾਈ ਜਾ ਤੇ ਇਹ ਪਹਿਲਾਂ ਨਾ ਜੀ ਔਰ ਇਨਸ਼ਾਅੱਲਾ ਇਹ ਬੜੀ ਅਸੀਲ ਆ ਚਾਚਾ ਜੀ ਐਡੇ ਹੀ ਪਿਆਰ ਨਾਲ ਜੇਡੀ ਪਿਆਰੀ ਗਾਂ ਹੈ ਨਾ ਇੱਥੇ ਮੇਰੇ ਕੋਲ ਆ ਕੇ ਤਾਂ ਮੁੱਲ ਦੱਸ ਜਿਹੜੀ ਆਪਾਂ ਵੇਚਣ ਵਾਲੀ ਗੱਲ ਕਰੀਏ ਕਿਉਂਕਿ ਵਪਾਰੀਆਂ ਨੂੰ 200 ਵਾਰੀ ਮੁੱਲ ਕੀਤੀ ਜਾਂਦੀ ਹੈ ਕੈਮਰੇ ਹੀ ਵੇਖਣਾ ਆਪਾਂ ਮ ਆਪਾ ਪੁੱਤਰ 4 ਲੱਖ ਤੋਂ ਘੱਟ ਦੇਣੀ ਕੋ ਨਹੀਂ ਬਿਲਕੁਲ ਮੁੱਲ ਲਾਈ ਜਾਂਦੇ ਨੇ ਕਈ ਅੱਗੇ ਵੀ ਲਾ ਗਏ ਨੇ ਸਹੀ ਗੱਲ 4 ਲੱਖ ਦੀ ਦੇਣੀ 4 ਲੱਖ ਦੀ ਦੇਣੀ ਇਹ ਮਤਲਬ 4 ਲੱਖ ਚ ਮੁਹੱਬਤ ਪਿਆਰ ਕੋਈ ਨਹੀਂ ਮੁਹੱਬਤ ਪਿਆਰ ਹੁੰਦੇ ਕੋਈ ਆਖੇ ਮੈਨੂੰ ਆ ਛੱਡ ਦੇ ਸ਼ਾਇਦ ਛੱਡੀ ਵੀ ਜਾਂਦੀ ਹੈ ਉਹ ਪੈਸਾ ਦੀ ਗੱਲ ਨਹੀਂ 4 ਲੱਖ ਰੁਪਏ ਮੁੱਲ ਕੀਤਾ ਚਾਚਾ ਜੀ ਨੇ ਤੇ ਇਨਸ਼ਾਅੱਲਾ ਪਿਆਰ ਮੁਹੱਬਤ ਆਪਾਂ ਇਹ ਜੋ ਕਰਾਵਾਂਗੇ ਜੇ ਇਹਦੇ ਮੇਰੇ ਯਾਰ ਨੂੰ ਪਸੰਦ ਆਵੇ ਮੇਰਾ ਨੰਬਰ 0300975855 ਜਨਾਬ WhatsApp ਵੀ ਹੈ ਹੀ ਆ ਤੇ ਕਾਲ ਨੰਬਰ ਵੀ ਹੈ ਹੀ ਆ ਤੇ ਇਨਸ਼ਾਅੱਲਾ ਇਹ ਜਨਾਬ ਢਾਰੀ ਤੇ ਖੜੀ ਦੇ ਚਾਚਾ ਸਟਾਈਲ ਤੁਸੀਂ ਚੈੱਕ ਕਰ ਲਿਆ ਦਬੰਗ ਸਟਾਈਲ ਹੈ ਜਨਾਬ ਸੁਲਤਾਨ ਰਾਹੀ ਵਾਲਾ ਐਨਕ ਲੱਗੀ ਹੈ ਇਹਨਾਂ ਨੂੰ ਤੇ ਇਹ ਜਨਾਬ ਚਾਚਾ ਮੇਰਾ ਬਿਲਕੁਲ ਤਿਆਰੀ ਚ ਖੜਾ ਹੈ ਇਹ ਜਨਾਬ ਚਾਚਾ ਜੀ ਬਿਲਕੁਲ ਇੱਕ ਚੀਜ਼ ਵਿਖਾਉਂਦੇ ਪਏ ਨੇ ਤੁਹਾਨੂੰ ਬਲਕੇ ਵਿਖਾ ਦਿੱਤੀ ਹੈ ਉਮੀਦ ਹੈ ਕਿ ਮੇਰੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਇਨਸ਼ਾਅੱਲਾ ਇਸੇ ਇੱਕ ਡੇਰੇ ਤੋਂ ਇੱਕ ਨਵਾਂ ਰੰਗ ਲੈ ਕੇ ਪੰਜਾਬ ਦਾ ਤੁਹਾਨੂੰ ਵਿਖਾਵੇਗਾ ਨਦੀਮ ਕਰਨ ਆਪਣਾ ਦੇਸ਼ ਪੰਜਾਬ ਟੀਵੀ ਤੇ